ਹੁਣ ਸੁਰੱਖਿਆ ਦਾ ਵਿਸਥਾਰ ਕਰਦੇ ਹਾਂ ਅਤੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਨਵਜੋਤ ਸਿੰਘ ਸਿੱਧੂ ਦੀ, ਜਿਨ੍ਹਾਂ ਦੀ ਚਿੱਠੀ 'ਤੇ ਇਮਰਾਨ ਖਾਨ ਨੇ ਪਾਕਿਸਤਾਨ ਤੋਂ ਇੱਕ ਹੋਰ ਖੁਸ਼ਖਬਰੀ ਸੁਣਾਈ ਹੈ। ਪਾਕਿਸਤਾਨ ਦੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਫਵਾਦ ਚੌਧਰੀ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਚਿੱਠੀ ਤੋਂ ਬਾਅਦ ਇਮਰਾਨ ਖਾਨ ਨੇ ਨਵਜੋਤ ਸਿੰਘ ਸਿੱਧੂ ਦੀ ਇੱਕ ਹੋਰ ਮੰਗ ਮੰਨ ਲਈ ਹੈ। ਨਵਜੋਤ ਸਿੰਘ ਸਿੱਧੂ ਨੇ ਮੰਗ ਕੀਤੀ ਸੀ ਕਿ ਸ਼੍ਰੀ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਬਾਬਾ ਗੁਰੂ ਨਾਨਕ ਦੇਵ ਜੀ ਦੀ ਖੇਤੀ ਵਾਲੀ ਜ਼ਮੀਨ ਉੱਤੇ ਕਿਸੇ ਤਰ੍ਹਾਂ ਦੀ ਉਸਾਰੀ ਨਾ ਕੀਤੀ ਜਾਵੇ ਅਤੇ ਇਮਰਾਨ ਖਾਨ ਨੇ ਇਸ ਮੰਗ ਨੂੰ ਮੰਨ ਲਿਆ। ਇਸ ਤੋਂ ਬਾਅਦ ਪੰਜਾਬ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੀ ਚਿੱਠੀ ਖੂਬ ਚਰਚਾ ਦੇ ਵਿੱਚ ਹੈ ਅਤੇ ਸੋਸ਼ਲ ਮੀਡੀਆ ਵਿੱਚ ਵਾਇਰਲ ਹੋ ਰਹੀ ਹੈ। ਨਵਜੋਤ ਸਿੰਘ ਸਿੱਧੂ ਨੇ ਬਤੌਰ ਮੰਤਰੀ ਦੀ ਹੈਸੀਅਤ ਨਾਲ ਇਹ ਚਿੱਠੀ ਇਮਰਾਨ ਖਾਨ ਨੂੰ ਲਿਖੀ ਸੀ। ਕਾਬਲੇ ਜ਼ਿਕਰ ਹੈ ਸਿੱਖ ਭਾਈਚਾਰੇ ਵਿੱਚ ਵੀ ਇਸ ਫੈਸਲੇ ਤੋਂ ਬਾਅਦ ਖੁਸ਼ੀ ਦੀ ਲਹਿਰ ਦੌੜ ਗਈ ਹੈ, ਕਿਉਂਕਿ ਹਰ ਕੋਈ ਚਾਹੁੰਦਾ ਸੀ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਉਹ ਜ਼ਮੀਨ ਜਿਸ ਉੱਪਰ ਬਾਬਾ ਨਾਨਕ ਜੀ ਖੇਤੀ ਕਰਦੇ ਸਨ ਉਸ ਦੀ ਕਿਸੇ ਤਰ੍ਹਾਂ ਦੀ ਵੀ ਹੋਰ ਵਰਤੋਂ ਨਾ ਕੀਤੀ ਜਾਵੇ। ਹਰ ਵਿਅਕਤੀ ਲਈ ਉਹ ਜ਼ਮੀਨ ਬਹੁਤ ਪਵਿੱਤਰ ਅਤੇ ਆਸਥਾ ਵਾਲਾ ਮਹੱਤਵ ਰੱਖਦੀ ਹੈ। ਉੱਧਰ ਪੰਜਾਬ ਏਕਤਾ ਪਾਰਟੀ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਅੱਜ ਫਰੀਦਕੋਟ ਵਿਖੇ ਵੱਡੀ ਰੈਲੀ ਕੀਤੀ। ਕਾਬਲੇ ਜ਼ਿਕਰ ਹੈ ਅੱਜ ਮਾਸਟਰ ਬਲਦੇਵ ਸਿੰਘ ਦੇ ਫਰੀਦਕੋਟ ਵਿਖੇ ਚੋਣ ਦਫ਼ਤਰ ਦਾ ਵੀ ਉਦਘਾਟਨ ਕੀਤਾ ਗਿਆ। ਸੁਖਪਾਲ ਸਿੰਘ ਖਹਿਰਾ ਸਣੇ ਗਠਬੰਧਨ ਦੀਆਂ ਵੱਖ-ਵੱਖ ਪਾਰਟੀਆਂ ਦੇ ਵੱਡੀ ਗਿਣਤੀ ਵਿੱਚ ਵਰਕਰ ਵੀ ਰੈਲੀ ਵਿੱਚ ਪਹੁੰਚੇ। ਇਸ ਮੌਕੇ ਸੁਖਪਾਲ ਸਿੰਘ ਖਹਿਰਾ ਨੇ ਅਕਾਲੀ ਦਲ ਅਤੇ ਕਾਂਗਰਸ 'ਤੇ ਮਿਲ ਕੇ ਨਿਸ਼ਾਨਾ ਸਾਧਿਆ। ਉਹਨਾਂ ਬੇਅਦਬੀ ਮਾਮਲਿਆਂ ਲਈ ਕਾਂਗਰਸ ਅਤੇ ਹੁਣ ਕੈਪਟਨ ਦੀ ਸਿੱਟ ਉੱਪਰ ਵੀ ਸਵਾਲ ਖੜ੍ਹੇ ਕੀਤੇ। ਖਹਿਰਾ ਨੇ ਹੋਰ ਕੀ ਕਿਹਾ, ਆਓ ਸੁਣਦੇ ਹਾਂ। ਬਹੁਜਨ ਸਮਾਜ ਪਾਰਟੀ, ਕਮਿਊਨਿਸਟ ਪਾਰਟੀ ਆਫ ਇੰਡੀਆ, RMPI, ਲੋਕ ਇਨਸਾਫ ਪਾਰਟੀ, ਡਾਕਟਰ ਧਰਮਵੀਰ ਗਾਂਧੀ ਅਤੇ ਸਾਡੀ ਆਪਣੀ ਪੰਜਾਬ ਏਕਤਾ ਪਾਰਟੀ ਦੇ ਗੱਠਜੋੜ ਦੇ ਝੰਡੇ ਦੇ ਥੱਲੇ ਇਕੱਤਰ ਹੋਏ ਆ। ਮੇਰੇ ਤੋਂ ਪਹਿਲਾਂ ਬੁਲਾਰਿਆਂ ਨੇ ਮੌਜੂਦਾ ਹਾਲਾਤ ਤੇ ਚਾਨਣਾ ਪਾਇਆ। ਮੇਰੇ ਵੀਰੋ, ਆਹ ਜਿਹੜੀ ਲੋਕ ਸਭਾ ਵੋਟ ਪੈਣ ਜਾ ਰਹੀ ਆ, ਜਿਹੜੀ 19 ਮਈ 2019 ਨੂੰ ਪੈਣੀ ਆ, ਇਹ 16ਵੀਂ ਵਾਰ ਆਪਾਂ ਵੋਟ ਪਾਉਣ ਜਾ ਰਹੇ ਹਾਂ ਪਾਰਲੀਮੈਂਟ ਦੀਆਂ ਚੋਣਾਂ ਵਿੱਚ, ਤੇ ਮੇਰਾ ਖਿਆਲ ਹੈ ਕਿ 15 ਵਾਰ ਆਪਾਂ ਪੰਜਾਬ ਦੀ ਵਿਧਾਨ ਸਭਾ ਦੇ ਨੁਮਾਇੰਦੇ ਚੁਣਨ ਲਈ ਵੀ ਵੋਟਾਂ ਪਾ ਚੁੱਕੇ ਹਾਂ, ਤੇ ਅਨੇਕਾਂ ਵਾਰ ਬਲਾਕ ਸੰਮਤੀਆਂ, ਜ਼ਿਲ੍ਹਾ ਪ੍ਰੀਸ਼ਦਾਂ, ਸਰਪੰਚੀਆਂ, ਪਤਾ ਨੀ ਕਿੰਨੀਆਂ ਅਣਗਿਣਤ ਵੋਟਾਂ ਪਾ ਚੁੱਕੇ ਹਾਂ। ਮੈਨੂੰ ਇਮਾਨਦਾਰੀ ਨਾਲ ਦੱਸੋ, ਜਿੰਨੇ ਤੁਸੀਂ ਇੱਥੇ ਬੈਠੇ ਹੋ ਅੱਜ, ਜਿਹੜੇ ਮੈਨੂੰ ਨਜ਼ਰ ਆ ਰਹੇ ਹੋ, ਤੁਸੀਂ ਕਿਰਤੀ, ਕਾਮੇ, ਕਿਸਾਨ, ਛੋਟੇ ਦੁਕਾਨਦਾਰ ਨਜ਼ਰ ਆ ਰਹੇ ਨੇ, ਆਮ ਜਨਤਾ ਨਜ਼ਰ ਆ ਰਹੀ ਹੈ। 70 ਸਾਲ ਦੀ ਆਜ਼ਾਦੀ ਤੋਂ ਬਾਅਦ ਇੱਕ ਵਾਰ ਦਿਲ ਦੇ ਅੰਦਰ ਝਾਤ ਮਾਰ ਕੇ ਆਪਣੇ ਦੇਖੋ ਕਿ ਤੁਹਾਡੀ ਜ਼ਿੰਦਗੀ ਵਿੱਚ ਕੁਛ ਬਦਲਿਆ ਹੈ ਕਿ ਵੋਟਾਂ ਐਵੇਂ ਖੂਹ ਖਾਤੇ ਸੁੱਟੀ ਜਾਂਦੇ ਹਾਂ ਆਪਾਂ। ਅਕਸਰ ਵੋਟ ਪਾਉਣ ਦਾ ਮਤਲਬ ਇਹ ਆ ਕਿ ਸਾਡਾ ਦੇਸ਼ ਤਰੱਕੀ ਕਰੇ, ਉਸ ਤਰੱਕੀ ਦੀ ਖੁਸ਼ਬੂ ਜਿਹੜੀ ਆ ਉਹ ਆਮ ਗਰੀਬਾਂ ਦੇ ਘਰਾਂ ਤੱਕ ਪਹੁੰਚੇ। ਉੱਧਰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਨਤਾਰ ਸਿੰਘ ਬਰਾੜ ਨੂੰ ਫਰੀਦਕੋਟ ਦੀ ਅਦਾਲਤ ਤੋਂ ਵੱਡਾ ਝਟਕਾ ਲੱਗਿਆ। ਮਨਤਾਰ ਸਿੰਘ ਬਰਾੜ ਨੇ ਅਗਾਊਂ ਜ਼ਮਾਨਤ ਦੀ ਅਰਜ਼ੀ ਪਾਈ ਸੀ, ਜਿਸ ਨੂੰ ਅਦਾਲਤ ਨੇ ਰੱਦ ਕਰ ਦਿੱਤਾ। ਉੱਧਰ ਸਿੱਟ ਦੇ ਪੁਲਿਸ ਅਫਸਰਾਂ ਨੇ ਅਤੇ ਵਕੀਲਾਂ ਨੇ ਅਦਾਲਤ ਵਿੱਚ ਦਰਖਾਸਤ ਕੀਤੀ ਸੀ ਕਿ ਮਨਤਾਰ ਬਰਾੜ ਤੋਂ ਹਿਰਾਸਤ ਵਿੱਚ ਪੁੱਛਗਿੱਛ ਜ਼ਰੂਰੀ ਹੈ। ਇਸ ਤੋਂ ਪਹਿਲਾਂ 7 ਫਰਵਰੀ ਅਤੇ 27 ਫਰਵਰੀ ਨੂੰ ਵੀ ਮਨਤਾਰ ਬਰਾੜ ਤੋਂ ਪੁੱਛਗਿੱਛ ਕੀਤੀ ਗਈ ਸੀ, ਪਰ ਸਿੱਟ ਦਾ ਕਹਿਣਾ ਹੈ ਕਿ ਮਨਤਾਰ ਬਰਾੜ ਨੇ ਸਹਿਯੋਗ ਨਹੀਂ ਕੀਤਾ। ਦੂਜੇ ਪਾਸੇ ਮਨਤਾਰ ਬਰਾੜ, ਉਹਨਾਂ ਦੇ ਸਮਰਥਕ ਅਤੇ ਵਕੀਲਾਂ ਦਾ ਦਾਅਵਾ ਹੈ ਕਿ ਮਨਤਾਰ ਬਰਾੜ ਨੂੰ ਇਸ ਮਾਮਲੇ ਦੇ ਵਿੱਚ ਬਿਨਾਂ ਕਾਰਨ ਤੋਂ ਫਸਾਇਆ ਜਾ ਰਿਹਾ।
ਉਧਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਬਰਨਾਲਾ ਵਿੱਚ ਆਪਣੇ ਸਮਰਥਕਾਂ ਨਾਲ ਇੱਕ ਮੀਟਿੰਗ ਦਾ ਪ੍ਰਬੰਧ ਕੀਤਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਛੋਟੇ ਅਤੇ ਵੱਡੇ ਸਾਰੇ ਲੀਡਰ ਮੌਜੂਦ ਰਹੇ। ਸੁਖਬੀਰ ਬਾਦਲ ਨੇ ਕਾਂਗਰਸ ਨੂੰ ਹਰ ਫਰੰਟ 'ਤੇ ਫੇਲ ਕਰਾਰ ਦਿੱਤਾ। ਇਸ ਮੌਕੇ ਪਰਮਿੰਦਰ ਸਿੰਘ ਢੀਂਡਸਾ ਵੀ ਉਚੇਚੇ ਤੌਰ 'ਤੇ ਮੌਜੂਦ ਰਹੇ। ਸੁਖਬੀਰ ਬਾਦਲ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਪਰਮਿੰਦਰ ਢੀਂਡਸਾ ਨੂੰ ਚੋਣ ਲੜਾਉਣਾ ਚਾਹੁੰਦੇ ਨੇ, ਪਰ ਪਰਮਿੰਦਰ ਢੀਂਡਸਾ ਦੇ ਪਿਤਾ ਜੀ ਨਹੀਂ ਚਾਹੁੰਦੇ ਕਿ ਪਰਮਿੰਦਰ ਢੀਂਡਸਾ ਚੋਣ ਲੜਨ। ਅੱਜ ਤੱਕ ਤੁਸੀਂ ਕੋਈ ਵੀ ਇਨਵੈਸਟੀਗੇਸ਼ਨ ਦੇਖ ਲਓ, ਇੱਕ ਵੀ ਇਨਵੈਸਟੀਗੇਸ਼ਨ ਅਫਸਰ ਪ੍ਰੈਸ ਨੂੰ ਬਰੀਫਿੰਗ ਨਹੀਂ ਕਰਦਾ। ਆਪ ਜਾਣ ਕੇ, ਕਿਉਂਕਿ ਇਹਨਾਂ ਨੂੰ ਜਾਣ ਕੇ ਪੋਲੀਟਿਸਾਈਜ਼ ਕਰ ਰਿਹਾ ਸਾਰਾ ਗੇਮ। ਸਭ ਤੋਂ ਪਹਿਲੇ ਤਾਂ ਮੈਂ ਸੀ ਉਹਨਾਂ ਦੇ ਸਾਹਮਣੇ ਪੇਸ਼ ਹੋਇਆ, ਬਾਲ ਸਾਹਿਬ ਵੱਡੇ ਪੇਸ਼ ਹੋਏ, ਸਾਨੂੰ ਕੀ ਧਮਕੀ ਦੇਣ ਦੀ ਲੋੜ ਹੈ? ਅਸੀਂ ਇੰਨਾ ਪੇਸ਼ ਹੀ ਨਾ ਹੁੰਦੇ ਉਦੋਂ। ਅਸੀਂ ਪੇਸ਼ ਤਾਂ ਹੋਏ ਕਿਉਂਕਿ ਸਾਨੂੰ ਉਮੀਦ ਸੀ ਕਿ ਫੇਰ ਪੁਲਿਸਿੰਗ ਹੋਊਗੀ, ਪੁਲਿਸ ਇਨਵੈਸਟੀਗੇਸ਼ਨ ਹੋਊਗੀ। ਪਰ ਜਦੋਂ ਇਹਨਾਂ ਨੇ ਪੋਲੀਟਿਸਾਈਜ਼ ਕਰ ਦਿੱਤਾ, ਤੁਸੀਂ ਦੇਖ ਲਓ ਕਾਂਗ ਜਾਖੜ ਦਾ ਬਿਆਨ ਆਉਂਦਾ ਹੈ ਕਿ ਹੁਣ ਅਸੀਂ ਆਪਣੇ ਇਹਨੂੰ ਅਰੈਸਟ ਕਰਾਉਣਾ ਆਪਣੇ ਐਕਸ ਵਾਈ ਜ਼ੈਡ। ਅਗਲੇ ਦਿਨ ਆਉਂਦਾ ਪਤਾ ਲੱਗਦਾ ਕਿ ਕੁਵਰ ਵਿਜੈ ਉਹਨੂੰ ਅਰੈਸਟ ਕਰ ਲੈਂਦਾ ਹੈ। ਕੈਪਟਨ ਦੇ ਮਿਨਿਸਟਰਾਂ ਦਾ ਆਉਂਦਾ, ਅਸੀਂ ਹੁਣ ਇਹਦੇ 'ਤੇ ਕੇਸ ਕਰਾਂਗੇ, ਅਗਲੇ ਦਿਨ ਉਹਨਾਂ ਦੇ ਕੇਸ ਕਰ ਦਿੰਦੇ ਹੈ। ਜਦੋਂ ਤੁਸੀਂ ਪੋਸਟ 'ਤੇ ਬੈਠੇ ਹੋ, ਤੁਹਾਨੂੰ ਫੇਰ ਰਹਿਣਾ ਚਾਹੀਦਾ। ਮੈਂ ਆਹ ਕਿਹਾ ਸੀ। ਦੂਜੀ ਗੱਲ, ਅੱਜ ਤੱਕ ਹਿਸਟਰੀ ਹੈ, ਕਿਤੇ ਇਨਵੈਸਟੀਗੇਸ਼ਨ ਅਫਸਰ, ਇਨਵੈਸਟੀਗੇਸ਼ਨ ਚੱਲ ਰਹੀ ਹੈ ਤਾਂ ਪ੍ਰੈਸ ਕਾਨਫਰੰਸ ਕਰ ਰਹੇ ਹੋ, ਤੁਸੀਂ ਪ੍ਰੈਸ ਨੂੰ ਬਰੀਫਿੰਗ ਕਰ ਰਹੇ ਹੋ। ਇਹ ਤਾਂ ਸਭ ਤੋਂ ਵੱਡੀ ਪੋਲੀਟਿਸਾਈਜੇਸ਼ਨ ਤਾਂ ਹੈ ਕਿ ਇਹ ਸਾਰੀ ਗੇਮ ਹੀ ਹੈ। ਤਾਂ ਪਤਾ ਲੱਗਦਾ ਸਾਰਾ ਗੇਮ ਹੀ ਹੈ ਉਹ ਜਾਣ ਕੇ ਨਾਓ ਕਾਂਗਰਸ ਇਜ਼ ਯੂਜ਼ਿੰਗ ਆਫੀਸ਼ੀਅਲ ਮਸ਼ੀਨਰੀ ਫੋਰ ਦਿਸ ਇਲੈਕਸ਼ਨ। ਲੋਕ ਸਭਾ ਚੋਣਾਂ ਵਾਸਤੇ ਕੱਲ੍ਹ ਨੂੰ ਬਦਨਾਮ ਕਰਨ ਦੀ ਸਾਰੀ ਸਾਜ਼ਿਸ਼ ਹੋ ਰਹੀ ਸੀ। ਸਾਰਾ ਗੇਮ ਇੱਕੋ ਇੱਕ ਹੈ, ਸਾਰਾ ਗੇਮ। ਬਾਦਲ ਸਾਹਿਬ, ਤੁਸੀਂ ਵੀ ਪ੍ਰੈਸ, ਹਰ ਚੀਜ਼ 'ਚ ਫੇਲ ਹੋ ਗਏ ਹੋ। ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਹਰ ਚੀਜ਼ 'ਚ ਫੇਲ ਹੋ ਗਏ। ਆਪਣੀਆਂ ਕਮੀਆਂ ਨੂੰ ਲੁਕਾਉਣ ਵਾਸਤੇ, ਆਪਣੀਆਂ ਕਮੀਆਂ, ਜਿੰਨਾ ਨਾ ਇੱਥੇ ਡਿਵੈਲਪਮੈਂਟ ਕਰਾਈ ਹੈ, ਨਾ ਸਾਨੂੰ ਸਹੂਲਤਾਂ ਸਾਰੀਆਂ ਬੰਦ ਕਰਤੀਆਂ, ਮੁੱਖ ਮੰਤਰੀ ਆਉਂਦਾ ਨਹੀਂ, ਮਿਲਦਾ ਨਹੀਂ, ਨਿਖਿੱਧ ਮੁੱਖ ਮੰਤਰੀ ਹੈ, ਸਾਰੀਆਂ ਕਮੀਆਂ ਨੂੰ ਲਾਉਣਗੇ। ਇਸ ਸੈਂਟੀਮੈਂਟਸ ਐਜ਼ ਅ ਹੋਮ ਮਿਨਿਸਟਰ ਜੀ ਮੈਂ ਕੀਤੀ ਹੈ ਜੀ, ਐਜ਼ ਅ ਹੋਮ ਮਿਨਿਸਟਰ। ਆਫੀਸ਼ੀਅਲ ਪ੍ਰੈਸ ਕਾਨਫਰੰਸ ਹੈ ਜੀ, ਇਨਵੈਸਟੀਗੇਸ਼ਨ ਨਹੀਂ ਹੈ। ਆਫੀਸ਼ੀਅਲ ਉਹਦੇ ਵਿੱਚ ਤੁਸੀਂ ਇਹ ਵੀ ਕਿਹਾ ਸੀ ਵੀ ਵਿਦੇਸ਼ਾਂ ਦੇ ਵਿੱਚ ਤਾਰਨੇ ਜੁੜੇ ਹੋਏ ਨੇ, ਬੰਦੇ ਫੜੇ ਗਏ ਨੇ। ਯੈਸ, ਬਿਕੋਜ਼ ਨਹੀਂ ਨਹੀਂ ਉਹ ਕਿੱਥੇ ਗਈ ਗੱਲ? ਮੈਂ ਉਹ ਪਹਿਲੀ ਗੱਲ ਹੈ, ਉਹ ਹੁਣ ਇਨਵੈਸਟੀਗੇਸ਼ਨ ਤੋਂ ਪਤਾ ਲੱਗ ਜੂਗਾ ਜੋ ਕਰ ਰਹੇ ਹੋ। ਆਈ ਦੇਲ ਵੀ ਦਾ ਬੈਸਟ ਪਰਸਨ ਟੂ ਆਨਸਰ। ਉਧਰ ਆਮ ਆਦਮੀ ਪਾਰਟੀ ਨੇ ਸਕਾਲਰਸ਼ਿਪ ਦਾ ਮੁੱਦਾ ਇੱਕ ਵਾਰੀ ਫਿਰ ਚੱਕ ਲਿਆ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ 'ਤੇ ਵੱਡੇ ਵੱਡੇ ਸਵਾਲ ਖੜ੍ਹੇ ਕੀਤੇ ਨੇ। ਉਹਨਾਂ ਨੇ ਕਿਹਾ ਕਿ ਸਰਕਾਰ SC ਭਾਈਚਾਰੇ ਦੇ ਵਿਦਿਆਰਥੀਆਂ ਤੋਂ ਧੱਕੇ ਨਾਲ ਫੀਸਾਂ ਵਸੂਲ ਰਹੀ ਹੈ। ਉਹਨਾਂ ਸਰਕਾਰ 'ਤੇ ਕਪਲਾ ਕਰਨ ਦੇ ਇਲਜ਼ਾਮ ਲਾਏ ਅਤੇ ਜਾਂਚ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਚੋਣਾਂ ਵਿੱਚ ਲੋਕ ਪੰਜਾਬ ਸਰਕਾਰ ਨੂੰ ਜਵਾਬ ਦੇ ਦੇਣਗੇ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਚਰਨਜੀਤ ਬਰਾੜ ਅਤੇ ਆਮ ਆਦਮੀ ਪਾਰਟੀ ਦੇ ਆਗੂ ਹਰਪਾਲ ਚੀਮਾ ਨੇ ਵੀ ਸਕਾਲਰਸ਼ਿਪ ਦਾ ਮੁੱਦਾ ਚੱਕਿਆ। ਦੇਖੋ, ਮੈਂ ਇੱਕ ਗੱਲ ਦੀ ਹੈਰਾਨੀ ਪ੍ਰਗਟ ਕਰੂੰਗਾ ਕਿ 2 ਸਾਲ ਸਰਕਾਰ ਨੂੰ ਇਸ ਗੱਲ 'ਚ ਹੀ ਸਮਝਾਉਣ 'ਚ ਲੱਗ ਗਏ ਕਿ ਜਿੰਨਾ ਚਿਰ ਬੱਚਾ ਪੜ੍ਹਿਆ ਹੈ ਉਹਦੇ ਪੈਸੇ ਜਿਹੜੇ ਹੈ ਉਹ ਕੋਈ ਸਰਕਾਰੀ ਕਾਲਜ ਹੈ ਜਾਂ ਨਿੱਜੀ ਕਾਲਜ ਹੈ ਕਿਸੇ ਨੂੰ ਉਹ ਦੇਣੇ ਪੈਣੇ ਹੈ। ਸਰਕਾਰ ਨੇ ਆਡਿਟ ਜਿਹੜਾ ਸੀ ਉਹ ਇਸ ਢੰਗ ਨਾਲ ਸ਼ੁਰੂ ਕਰਤਾ ਕਿ ਜੇ ਕਿਸੇ ਨੇ ਕੋਰਸ ਪੂਰਾ ਨਹੀਂ ਕੀਤਾ ਗਿਆ ਤਾਂ ਜੇ ਪਿਛਲੇ 9-10 ਸਾਲਾਂ 'ਚ ਵੀ ਪੈਸੇ ਲਏ ਆ ਤਾਂ ਉਹ ਵਾਪਸ ਕਰਨਾ। ਜਿੱਥੋਂ ਸਾਰਾ ਸਮਝ ਲਓ ਇਹ ਲੰਮਾ ਪੈਂਦਾ ਗਿਆ, 4-5-6 ਵਾਰੀ ਆਡਿਟ ਹੋਇਆ ਤਾਂ ਉਹ ਆਡਿਟ ਕਰਦੇ ਹੀ 2 ਸਾਲ ਟਪਾ ਤੇ, ਅਤੇ ਹੁਣ ਜਦੋਂ ਉਹਨੂੰ ਪਿਕਚਰ ਕਲੀਅਰ ਹੋਈ ਹੈ ਅਤੇ ਹੁਣ ਸੈਂਟਰ ਨੂੰ ਲਿਖ ਕੇ ਗਿਆ ਤਾਂ ਸੈਂਟਰ ਨੇ 250 ਕਰੋੜ ਰੁਪਏ ਜਿਹੜਾ ਸੀਗਾ ਉਹ ਜਾਰੀ ਕਰ ਚੁੱਕੀ ਹੈ।
₹250 ਕਰੋੜ ਆਏ ਨੂੰ ਲਗਭਗ ਮਹੀਨਾ ਹੋ ਗਿਆ, ਬਾਕੀ ਪੈਸੇ ਵੀ ਜਿਹੜੇ ਹੈਗੇ ਆ ਜਦੋਂ ਇਹ ਯੂਸੀ ਭੇਜਣਗੇ, ਸੈਂਟਰ ਫਿਰ ਵੀ ਭੇਜਣ ਨੂੰ ਤਿਆਰ ਬੈਠਾ ਸੀ। ਪਰ ਮੈਂ ਇੱਕ ਗੱਲ ਕਹੂੰਗਾ ਕਿ ਸਰਕਾਰ ਜਿਹੜੀ ਹੈ ਇਹ ਗਰੀਬਾਂ ਦੀ ਬੱਚਿਆਂ ਦੇ ਇੱਕ ਕਿਸਮ ਦਾ ਪੜ੍ਹਾਈ ਦੇ ਉੱਤੇ ਬੜਾ ਵੱਡਾ ਡਾਕਾ ਹੈ, ਔਰ 30-35 ਸਾਲਾਂ ਬਾਅਦ ਕਿਤੇ ਪਹਿਲੀ ਵਾਰੀ ਹੈ ਕਿ ਐਡਮਿਸ਼ਨ ਫੀਸ ਵੀ ਜਿਹੜੇ SC ਬੱਚਿਆਂ ਤੋਂ ਇਸ ਸਰਕਾਰ ਨੇ ਅਗਰਾਈ ਹੈ, ਜਿਹੜੀ ਕਿ ਅਤ ਨਿੰਦਣਯੋਗ ਹੈ। ਹਜੇ ਤੱਕ ਪੰਜਾਬ ਸਰਕਾਰ ਤੋਂ SC ST ਦਾ ਜਿਹੜਾ ਸਕਾਲਰਸ਼ਿਪ ਆਇਆ ਹੋਇਆ ਗਾ 2017 ਤੋਂ ਪਹਿਲਾਂ, ਉਹਦਾ ਆਡਿਟ ਨਹੀਂ ਹੋਇਆ। ਹਾਲੇ ਤੱਕ ਆਡਿਟ ਦੇ ਨਾਂ 'ਤੇ ਤਰੀਕ 'ਤੇ ਤਰੀਕ ਦਿੱਤੀ ਜਾਂਦੀ ਹੈ। ਮੈਂ ਸਮਝਦਾ ਇੱਕ ਬਹੁਤ ਵੱਡਾ ਘਪਲਾ ਹੋਰ ਕਾਂਗਰਸ ਪਾਰਟੀ ਕਰਨ ਜਾ ਰਹੀ ਹੈ, ਔਰ ਇਸ ਦੇ ਨਾਲ ਪੰਜਾਬ ਦੇ ਦਲਿਤ ਵਿਦਿਆਰਥੀਆਂ ਦਾ ਭਵਿੱਖ ਧੁੰਦਲਾ ਹੋ ਗਿਆ, ਔਰ ਪੰਜਾਬ ਦੇ ਦਲਿਤ ਵਿਦਿਆਰਥੀ ਜਿਹੜੇ ਲਗਭਗ 1 ਲੱਖ ਦੇ ਕਰੀਬ ਇਸ ਵਾਰ ਐਡਮਿਸ਼ਨ ਨਹੀਂ ਲੈ ਸਕੇ। ਇਹਦਾ ਖਾਮਿਆਜ਼ਾ ਜਿਹੜਾ ਹੈਗਾ, ਲੋਕ 2019 ਦੇ ਚੋਣਾਂ 'ਚ ਕਾਂਗਰਸ ਨੂੰ ਕਾਂਗਰਸ ਦੇ ਖਿਲਾਫ ਵੋਟ ਪਾ ਕੇ ਜਿਹੜਾ ਹੈਗਾ ਦੱਸਣਗੇ। ਸੁਖਬੀਰ ਸਿੰਘ ਬਾਦਲ ਦੇ ਸਿਆਸੀ ਸਕੱਤਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਚਰਨਜੀਤ ਬਰਾੜ ਨੇ ਪੰਜਾਬ ਸਰਕਾਰ 'ਤੇ ਵੱਡੇ ਸਵਾਲ ਚੱਕੇ ਨੇ। ਉਹਨਾਂ ਕਿਹਾ ਕਿ ਲੋਕ ਪੰਜਾਬ ਦੀ ਸਰਕਾਰ ਤੋਂ ਸਵਾਲ ਕਰਨ, ਉਹਨਾਂ ਕਿਸਾਨ ਕਰਜ਼ਾ ਮਾਫ਼ੀ ਅਤੇ ਨੌਕਰੀਆਂ ਨੂੰ ਲੈ ਕੇ ਵੀ ਸਰਕਾਰ ਦਾ ਘਿਰਾਓ ਕੀਤਾ। ਦੇਖੋ ਮੈਂ ਇੱਕ ਗੱਲ ਕਹਾਂ ਕਿ ਜਿਹੜੀ ਖਾਸ ਕਰਕੇ ਲੋਕਾਂ ਦੇ ਮੁੱਦਿਆਂ 'ਤੇ ਜਾਣਾ ਚਾਹੀਦਾ। ਅੱਜ ਜਾਖੜ ਸਾਹਿਬ ਜਿਹੜੇ ਵਾਰੀ ਵਾਰੀ ਪੁੱਠੇ ਸਿੱਧੇ ਬਿਆਨ ਦੇ ਕੇ ਲੋਕਾਂ ਦਾ ਧਿਆਨ ਭੜਕਾਉਣਾ ਚਾਹੁੰਦੇ ਹੈ, ਪੰਜਾਬ ਦੇ ਲੋਕ ਇਹਨਾਂ ਮੁੱਦਿਆਂ 'ਤੇ ਨਹੀਂ ਧਿਆਨ, ਪੰਜਾਬ ਦੇ ਲੋਕਾਂ ਦਾ ਧਿਆਨ ਹੈ ਕਿ ਸਾਡੇ ਨਾਲ ਜੋ ਤੁਸੀਂ ਵਾਅਦੇ ਕੀਤੇ ਸੀ ਉਹਨਾਂ ਦਾ ਕੀ ਬਣ ਰਿਹਾ ਹੈ, ਸਾਡੀ ਪੂਰੀ ਕਰਜ਼ਾ ਮਾਫ਼ੀ ਦਾ ਕੀ ਬਣ ਰਿਹਾ, ਸਾਡੀ 2500 ਪੈਨਸ਼ਨ ਦਾ ਕੀ ਬਣ ਰਿਹਾ, ਸਾਡੀ ਘਰ ਘਰ ਨੌਕਰੀ ਦਾ ਕੀ ਬਣ ਰਿਹਾ, ਸਾਡੇ ਸ਼ਗਨ ਸਕੀਮਾਂ ਦਾ ਕੀ ਬਣ ਰਿਹਾ, ਜਾਂ ਬਾਕੀ ਪੰਜਾਬ ਨਾਲ ਤਾਲਕ ਰੱਖਦੇ ਜਿਹੜੇ ਕੰਮ ਹੈ ਉਹਨਾਂ ਦਾ ਕੀ ਬਣ ਰਿਹਾ। ਇਸ ਕਰਕੇ ਮੈਂ ਬੇਨਤੀ ਇਸ ਗੱਲ ਦੀ ਤੁਹਾਨੂੰ ਵੀ ਕਰੂੰਗਾ, ਕਾਂਗਰਸ ਪਾਰਟੀ ਦੀ ਸਰਕਾਰ ਨੂੰ ਵੀ ਕਰੂੰਗਾ ਕਿ ਅਸਲ ਮੁੱਦਿਆਂ ਵੱਲ ਧਿਆਨ ਦੇਈਏ। ਉਧਰ ਪੰਜਾਬ ਦੇ ਵਿੱਚ ਸਿਆਸੀ ਤਾਪਮਾਨ ਪੂਰੀ ਤਰ੍ਹਾਂ ਨਾਲ ਗਰਮ ਹੈ ਅਤੇ ਰਾਜਨੀਤਿਕ ਧਿਰਾਂ ਦੇ ਲੀਡਰ ਇੱਕ ਦੂਸਰੇ 'ਤੇ ਤਿੱਖੇ ਇਲਜ਼ਾਮ ਲਾ ਰਹੇ ਨੇ। ਅਸੀਂ ਪਹਿਲਾਂ ਵੀ ਹਿੰਦੂਵਾਦੀ ਗੱਲ ਕਰਦੇ ਨੇ, ਅਕਾਲੀ ਦਲ ਪੰਥ ਦੀ ਗੱਲ ਕਰਦੇ ਨੇ। ਕਾਂਗਰਸ ਪਾਰਟੀ ਹਮੇਸ਼ਾ ਦੇਸ਼ ਨੂੰ ਆਜ਼ਾਦ ਕਰਾਇਆ, ਨਾਰਾ ਦਿੱਤਾ ਸੀ ਹਿੰਦੂ ਮੁਸਲਿਮ ਸਿੱਖ ਈਸਾਈ ਸਾਰੇ ਭਾਰਤੀ ਭਾਈ ਭਾਈ, ਜੈ ਜਵਾਨ ਜੈ ਕਿਸਾਨ, ਇਹ ਕਾਂਗਰਸ ਦਾ ਨਾਰਾ ਹੈ। ਦੇਸ਼ ਨੂੰ ਆਜ਼ਾਦ ਕਰਾਉਣ ਤੋਂ ਲੈ ਕੇ ਹੁਣ ਤੱਕ ਤਰੱਕੀ ਦੇ ਲੀਹਾਂ 'ਤੇ ਲਿਆਂਦਾ, ਜਿਸ ਦੇਸ਼ 'ਚ ਆਜ਼ਾਦੀ ਤੋਂ ਪਹਿਲਾਂ ਸੂਈ ਨਹੀਂ ਸੀ ਬਣਦੀ, ਅੱਜ ਪੂਰੀ ਐਟਮ ਸ਼ਕਤੀ ਪਈ ਆ, ਦੁਨੀਆ 'ਚ ਨਾਮ ਹੈ। ਇਸ ਕਰਕੇ ਇਹ BJP ਦੇ ਲੋਕਾਂ ਨੂੰ ਡੇਰਿਆਂ ਵਾਲੀ ਗੱਲ ਕਰਨੀ, ਵੱਖਵਾਦੀ ਗੱਲ ਕਰਨੀ, ਦੇਸ਼ ਨੂੰ ਅਗਰ ਇਹ ਇਕੱਠਾ ਰੱਖਣਾ ਇਹ ਵੱਖ ਵੱਖ ਨਹੀਂ ਵੰਡਿਆ ਜਾ ਸਕਦਾ। ਕਾਂਗਰਸ ਪਾਰਟੀ ਨੂੰ ਸਾਰੇ ਦੇਸ਼ ਦੀਆਂ ਵੋਟਾਂ ਚਾਹੀਦੀਆਂ। ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂ ਅਤੇ ਪ੍ਰਕਾਸ਼ ਸਿੰਘ ਬਾਦਲ ਦੇ ਕਰੀਬੀ ਕੋਲਿਆਂਵਾਲੀ ਦੇ ਪਰਿਵਾਰ ਨੂੰ ਵੀ ਇਸ ਵਕਤ ਪੰਜਾਬ ਦਾ ਵਿਜੀਲੈਂਸ ਬਿਊਰੋ ਦੇ ਅਫਸਰ ਲੱਭ ਰਹੇ ਨੇ। ਦੱਸਿਆ ਜਾ ਰਿਹਾ ਹੈ ਕਿ ਕੋਲਿਆਂਵਾਲੀ ਪਰਿਵਾਰ ਸਮੇਤ ਰੂਪੇਸ਼ ਹੋ ਗਏ ਨੇ, ਉਹਨਾਂ ਦੀ ਅਗਾਊਂ ਜ਼ਮਾਨਤ ਰੱਦ ਹੋ ਗਈ ਸੀ ਅਤੇ ਪੁਲਿਸ ਨੇ ਛਾਪੇਮਾਰੀ ਕਰਕੇ ਉਹਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ ਮਾਮਲੇ ਵਿੱਚ ਕੋਲਿਆਂਵਾਲੀ ਮੁਲਜ਼ਮ ਨੇ। ਚੋਣ ਜ਼ਾਬਤਾ ਲੱਗਣ ਤੋਂ ਬਾਅਦ ਪੰਜਾਬ ਪੁਲਿਸ ਪੂਰੀ ਤਰ੍ਹਾਂ ਨਾਲ ਸਰਗਰਮ ਹੈ ਅਤੇ ਥਾਂ ਥਾਂ 'ਤੇ ਨਸ਼ਾ ਅਤੇ ਨਕਲੀ ਕਰੰਸੀ ਬਰਾਮਦ ਕੀਤੀ ਜਾ ਰਹੀ ਹੈ। ਹੁਣ ਪਟਿਆਲਾ ਵਿੱਚ 1 ਕਰੋੜ ਰੁਪਏ ਦੀ ਪੁਰਾਣੀ ਕਰੰਸੀ ਅਤੇ ਅਸਲਾ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ। ਪਟਿਆਲਾ ਦੇ SSP ਦੇ ਮੁਤਾਬਕ ਆਮਦਨ ਕਰ ਮਹਿਕਮਾ ਵੀ ਪੂਰੇ ਮਾਮਲੇ ਦੀ ਜਾਂਚ ਕਰ ਰਿਹਾ। ਇਹ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ 1 ਕਰੋੜ ਰੁਪਏ ਦੀ ਪੁਰਾਣੀ ਕਰੰਸੀ ਦੀਆਂ ਤਸਵੀਰਾਂ ਵੀ ਇਹਦੇ ਵਿੱਚ ਸ਼ਾਮਲ ਨੇ। ਉਹਦੇ ਕਾਰਨ ਜਿਹੜੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀਆਂ ਹਦਾਇਤਾਂ ਉਹਨੂੰ ਇਨ ਬਿੰਨ ਅਸੀਂ ਪਟਿਆਲਾ ਜ਼ਿਲ੍ਹੇ 'ਚ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਤੋਂ ਪਹਿਲਾਂ ਸਾਨੂੰ ਕਾਮਯਾਬੀ ਮਿਲੀ ਸੀ 92 ਲੱਖ ਅਤੇ 52 ਹਜ਼ਾਰ ਰੁਪਇਆ
ਜਿਹੜਾ ਕੈਸ਼ ਪਾਟਲਾਂ ਸਾਈਡ ਤੋਂ ਹਰਿਆਣੇ ਤੋਂ ਆਇਆ ਸੀ ਅਤੇ ਸੰਗਰੂਰ ਜ਼ਿਲ੍ਹੇ ਜਾਣਾ ਸੀ, ਉਹਨੂੰ ਪਕੜਨ 'ਚ ਅਸੀਂ ਕਾਮਯਾਬ ਹੋਏ ਸੀ। ਅੱਜ ਫਿਰ ਸਾਨੂੰ ਕਾਮਯਾਬੀ ਹੋਈ ਹੈ, ਜਦੋਂ ਪਟਿਆਲੇ ਜ਼ਿਲ੍ਹੇ 'ਚ ਅਸੀਂ ਵੱਖ ਵੱਖ ਥਾਵਾਂ 'ਤੇ ਨਾਕੇਬੰਦੀ ਕੀਤੀ ਹੋਈ ਸੀ ਅਤੇ ਸਾਨੂੰ 1 ਕਰੋੜ ਆ ਜਿਹੜੀ ਓਲਡ ਕਰੰਸੀ ਅਤੇ 1,54,000 ਨਿਊ ਕਰੰਸੀ ਪਲੱਸ 455 ਬੋਰ ਦਾ ਇੱਕ ਪ੍ਰੋਟੈਕਟਡ ਬੋਰ ਦਾ ਪਿਸਟਲ, ਵੈਬਲੇ ਕੰਪਨੀ ਦਾ ਪਿਸਟਲ, ਉਸ ਤੋਂ ਇਲਾਵਾ ਇਹਦੇ 'ਚ 9 ਜਿਹੜੇ ਆ ਚੱਲੇ ਹੋਏ ਕਾਟਰਿਜ ਅਤੇ 13 ਜਿਹੜੇ ਅਣਚੱਲੇ ਹੋਏ ਕਾਟਰਿਜ, ਅਤੇ ਜਿਹੜੀ ਮੁੱਢਲੇ ਤੌਰ 'ਤੇ ਪੁੱਛਗਿੱਛ 'ਤੇ ਦੱਸਿਆ ਗਿਆ ਕਿ ਅੰਬਾਲੇ ਤੋਂ ਆਏ ਸੀ ਅਤੇ ਅੱਗੇ ਜਾ ਰਹੇ ਸੀਗੇ, ਇਹਦਾ ਡੈਸਟੀਨੇਸ਼ਨ ਪਟਿਆਲਾ ਨਹੀਂ ਸੀ ਪਰ ਅੱਗੇ ਜਾ ਰਹੇ ਸੀ, ਕਿੱਥੇ ਜਾ ਰਹੇ ਸੀ ਉਹ ਮੈਟਰ ਆਫ ਇਨਵੈਸਟੀਗੇਸ਼ਨ ਹੈ। ਅਤੇ ਅਸੀਂ ਇਨਕਮ ਟੈਕਸ ਅਥਾਰਟੀਜ਼ ਨੂੰ ਅਤੇ ਈਵਨ ED ਨੂੰ ਅਤੇ ਇਹਨਾਂ ਨੂੰ ਅਸੀਂ ਇਨਫੋਰਮ ਕਰਾਂਗੇ, ਡਿਸਟ੍ਰਿਕਟ ਜਿਹੜੇ ਜ਼ਿਲ੍ਹਾ ਚੋਣ ਅਫਸਰ ਹੈ ਉਹਨਾਂ ਨੂੰ ਇਨਫੋਰਮ ਕਰਾਂਗੇ, ਇਲੈਕਸ਼ਨ ਕਮਿਸ਼ਨ ਪੰਜਾਬ ਨੂੰ ਵੀ ਇਹਦੇ ਬਾਰੇ ਇਨਫੋਰਮ। ਸਰ ਇਹ ਕੀ ਕੰਮ ਕਰਦੇ ਸੀ ਜਿਹੜੇ ਪਕੜੇ ਗਏ? ਇਹ ਜੀ ਹਜੇ ਤਾਂ ਸਿੰਪਲ ਇਹ ਕਹਿ ਰਿਹਾ ਜੀ, ਅਸੀਂ ਆਪਦਾ ਕੋਈ ਉੱਥੇ ਨਿੱਕਾ ਮੋਟਾ ਸਾਡਾ ਕਾਰੋਬਾਰ ਸੀ ਜੀ, ਅਸੀਂ ਇੱਧਰ ਚੱਲੇ ਸੀ ਜੀ। ਇਹ ਹਜੇ ਇਹਨਾਂ ਦੀ ਕਿਉਂਕਿ ਮੁੱਢਲੀ ਸਟੇਜ ਹੈ ਇਹਦੀ, ਅਸੀਂ ਇਹਦੇ 'ਚ ਸਿਟੀ ਰਾਜਪੁਰੇ ਅਸੀਂ ਇਹਦਾ ਮੁਕੱਦਮਾ ਦਰਜ ਕਰ ਰਹੇ ਹਾਂ, ਮੁਕੱਦਮਾ ਦਰਜ ਕਰਕੇ ਇਹਨੂੰ ਅਸੀਂ ਇਨਵੈਸਟੀਗੇਟ ਕਰਾਂਗੇ। ਇਹਦੇ 'ਚ ਮੈਂ ਕਹਿ ਸਕਦਾ ਰਾਜਪੁਰਾ ਪੁਲਿਸ ਦੀ, DSP ਰਾਜਪੁਰਾ, SHO ਸਿਟੀ ਰਾਜਪੁਰਾ ਦੀ ਇਸ ਗੱਲ ਦੇ ਵਿੱਚ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਨੂੰ ਲਾਗੂ ਕਰਨ ਦੇ ਵਿੱਚ ਵੱਡੀ ਕਾਮਯਾਬ। ਸੂਬਾ ਸਰਕਾਰ ਵੱਲੋਂ ਵਰ੍ਹੇ 2018 ਅਤੇ 2019 ਲਈ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਕੀਤੀ ਗਈ। ਸੂਬੇ ਵਿੱਚ ਲਗਭਗ 5,000 ਠੇਕਿਆਂ ਲਈ 71,000 ਤੋਂ ਜ਼ਿਆਦਾ ਦਰਖਾਸਤਾਂ ਸੂਬਾ ਸਰਕਾਰ ਕੋਲ ਪਹੁੰਚੀਆਂ ਸਨ। ਸੂਬਾ ਸਰਕਾਰ ਨੇ ਫਾਰਮਾਂ ਤੋਂ ਹੀ ਸਰਕਾਰ ਨੂੰ ਲਗਭਗ 10 ਕਰੋੜ ਰੁਪਇਆ ਇਕੱਠਾ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਅੱਜ ਪੰਜਾਬ ਦੇ ਵੱਖ ਵੱਖ ਥਾਵਾਂ 'ਤੇ ਸ਼ਰਾਬ ਦੇ ਠੇਕਿਆਂ ਦੇ ਡਰਾ ਕੱਢੇ ਗਏ। ਆਓ ਸੁਣਦੇ ਹਾਂ ਆਬਕਾਰੀ ਮਹਿਕਮੇ ਦੇ ਅਧਿਕਾਰੀ ਰਾਜਵਿੰਦਰ ਕੌਰ ਅਤੇ ਗੁਰਇਕਬਾਲ ਸਿੰਘ ਠੇਕੇਦਾਰ ਦਾ ਕੀ ਕਹਿਣਾ। ਬਹੁਤ ਹੀ ਪਾਰਦਰਸ਼ੀ ਢੰਗ ਨਾਲ ਲਾਟਰੀ ਡਰਾ ਨਿਕਲ ਰਹੇ ਨੇ ਸਵੇਰ ਦੇ, ਅਤੇ ਸਾਰੀ ਜਿਨ੍ਹਾਂ ਨੇ ਠੇਕੇਦਾਰਾਂ ਨੇ ਡਰਾ ਪਾਏ ਨੇ ਬੜੇ ਐਕਸਾਈਟਡ ਨੇ, ਜਿਹਦਾ ਨਿਕਲ ਰਿਹਾ ਉਹ ਤਾਂ ਬਹੁਤ ਖੁਸ਼ੀਆਂ ਮਨਾ ਰਿਹਾ, ਅਤੇ ਕਈ ਜਿਨ੍ਹਾਂ ਦੇ ਨਹੀਂ ਨਿਕਲਦੇ ਉਹ ਮਜੂਸ ਵੀ ਹੋ ਰਹੇ ਨੇ। ਮਤਲਬ ਬਹੁਤ ਪਾਰਦਰਸ਼ੀ ਢੰਗ ਨਾਲ ਕੰਮ ਕੀਤਾ ਰਿਹਾ, ਕੋਈ ਇਹਦੇ ਵਿੱਚ ਹੇਰਾਫੇਰੀ ਵਾਲਾ 1-20% ਗੁੰਜਾਇਸ਼ ਨਹੀਂ। ਸਾਡਾ ਸਰਕਲ ਕਾਨੂੰਨ ਨਿਕਲਿਆ ਜੀ, ਕਾਦੀਆਂ ਹਲਕੇ ਦਾ ਕਾਨੂੰਨ ਸਰਕਲ ਨਿਕਲਿਆ, ਅਤੇ ਅਸੀਂ ਆਸ ਕਰਦੇ ਹਾਂ ਪਰਮਾਤਮਾ ਦਾ ਕਾਰੋਬਾਰ ਵਧੀਆ ਨਿਕਲੇਗਾ। ਸਾਲ 2019-20 ਦਾ ਡਰਾ ਕੱਢਿਆ ਜਾ ਰਿਹਾ ਗੁਰਦਾਸਪੁਰ ਡਿਸਟ੍ਰਿਕਟ ਦਾ। ਟੋਟਲ ਨੰਬਰ ਆਫ ਐਪਲੀਕੇਸ਼ਨ ਸਾਡੇ ਕੋਲ 3521 ਆਈ ਨੇ, ਉਹਦਾ ਰੈਵਨਿਊ ਆਇਆ 10,50,00,000 ਦੇ ਕਰੀਬ। ਈਚ ਐਪਲੀਕੇਸ਼ਨ ਦੀ ਜਿਹੜੀ ਫੀਸ ਸੀਗੀ ਉਹ 30,000 ਸੀਗੀ, ਔਰ ਟੋਟਲ ਸਾਡੇ ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚ 23 ਗਰੁੱਪ ਰਹਿ ਗਏ ਨੇ, ਔਰ ਰੈਵਨਿਊ ਲਾਸਟ ਈਅਰ ਦਾ 139 ਕਰੋੜ ਸੀਗਾ, ਔਰ 20 ਕਰੋੜ ਦੀ ਇਨਕਰੀਜ਼ ਦੇ ਨਾਲ ਇਸ ਵਾਰੀ ਰੈਵਨਿਊ ਸਾਡਾ ਹੈਗਾ 159 ਕਰੋੜ, ਔਰ ਹੁਣ ਤੱਕ 5 ਜਿਹੜੇ ਗਰੁੱਪ ਸਾਡੇ ਹੈਗੇ ਨੇ ਉਹ ਸਕਸੈਸਫੁਲ ਅਲੋਟੀ ਔਰ ਵੇਟਿੰਗਸ ਕੱਢੇ ਗਏ ਨੇ। ਉਹਨਾਂ ਦਾ 25% ਜੋ ਮੌਕੇ 'ਤੇ ਡਿਪੋਜ਼ਿਟ ਕਰਵਾਉਣਾ ਸੀ ਅਮਾਊਂਟ ਉਹ ਕਰਵਾ ਕੇ ਸਰਟੀਫਿਕੇਟਸ ਲੈ ਲਏ ਗਏ ਨੇ, ਬਾਕੀ ਸਾਡੀ ਜਿਹੜੀ ਪ੍ਰਕਿਰਿਆ ਉਹ ਚਾਲੂ ਹੈ। ਉੱਧਰ ਸ਼੍ਰੀ ਅਨੰਦਪੁਰ ਸਾਹਿਬ ਹੋਲੇ ਮਹੱਲੇ ਦੇ ਮੌਕੇ ਦੁਨੀਆ ਭਰ ਤੋਂ ਸੰਗਤਾਂ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਪੁੱਜ ਰਹੀਆਂ ਨੇ। ਦੂਜੇ ਦਿਨ ਲੱਖਾਂ ਸੰਗਤਾਂ ਪੁੱਜੀਆਂ ਅਤੇ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਸੰਗਤਾਂ ਦੇ ਖਾਣ ਪੀਣ ਅਤੇ ਰਹਿਣ ਸਹਿਣ ਲਈ ਵੀ ਵੱਖ ਵੱਖ ਸੇਵਾ ਸੁਸਾਇਟੀਆਂ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਨੇ। ਕਾਨੂੰਨ ਨੂੰ ਲਾਗੂ ਕਰਨ ਲਈ 2200 ਪੁਲਿਸ ਮੁਲਾਜ਼ਮ ਵੀ ਤੈਨਾਤ ਕੀਤੇ ਗਏ ਨੇ। ਸਭ ਤੋਂ ਪਹਿਲਾਂ ਮੈਂ ਸ਼੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਦੇਸ਼ ਵਿਦੇਸ਼ ਤੋਂ ਪਹੁੰਚੀਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਕੌਮੀ ਤਿਉਹਾਰ ਹੋਲੇ ਮਹੱਲੇ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ, ਅਤੇ ਨਾਲ ਹੀ ਬੇਨਤੀ ਕਰਦਾ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ, ਜਿਹੜਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਲੀ ਜੀ ਨੇ 1700 ਦੇ ਵਿੱਚ ਪਹਿਲਾ ਹੋਲਾ ਮਹੱਲਾ ਜਿਹੜਾ ਮਨਾ ਕੇ ਆਰੰਭ ਕੀਤਾ ਸੀ, ਉਹ ਜੰਗਜੂ ਕਰਤਵ ਜਿਹੜੇ ਮਹਾਰਾਜ ਨੇ ਜੰਗੀ ਅਭਿਆਸ ਆਰੰਭ ਕਰਵਾਏ ਸੀ ਉਹਨਾਂ ਨੂੰ ਉਹ ਮਰਿਆਦਾ ਨੂੰ ਕਾਇਮ ਰੱਖਦੇ ਹੋਏ
ਨਿਹੰਗ ਸਿੰਘ ਗੁਰੂ ਦੀਆਂ ਲਾਡਲੀਆਂ ਫੌਜਾਂ ਜਿੱਥੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਅਤੇ ਸਾਰੀਆਂ ਹੀ ਨਿਹੰਗ ਸਿੰਘ ਜਥੇਬੰਦੀਆਂ ਜਿਹੜੀਆਂ ਨੇ ਪੂਰੇ ਸ਼ਾਨੋ ਸ਼ੌਕਤ ਦੇ ਨਾਲ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਜਿੱਥੇ ਗੁਰਦੁਆਰਾ ਗੁਰੂ ਕਾ ਬਾਗ ਛਾਉਣੀ ਬੁੱਢਾ ਦਲ ਅਤੇ ਆਪਣੇ ਆਪਣੇ ਪੜਾਵਾਂ 'ਤੇ ਸਾਰਿਆਂ ਨੇ ਜਿਹੜੇ ਹੈ ਪੜਾਅ ਕੀਤੇ ਹੋਏ ਨੇ ਛਾਉਣੀਆਂ ਦੇ ਵਿੱਚ। ਅਤੇ ਅੱਜ ਜਿਹੜੇ ਹੈ ਬੁੱਢਾ ਦਲ ਵੱਲੋਂ ਧਾਰਮਿਕ ਦੀਵਾਨ ਸਜਾਏ ਗਏ ਨੇ, ਤਿੰਨੇ ਦਿਨ ਧਾਰਮਿਕ ਦੀਵਾਨ ਸਜਣਗੇ। ਅਤੇ ਜਿਹੜੇ ਅੱਜ ਗੱਤਕਾ ਮੁਕਾਬਲੇ, ਇੰਟਰਨੈਸ਼ਨਲ ਗੱਤਕਾ ਮੁਕਾਬਲੇ ਜਿਹੜੇ ਨੇ ਉਹ ਅੱਜ ਆਰੰਭ ਹੋਣੇ ਨੇ। ਜੰਗਜੂ ਕਰਤੱਵ ਹੁੰਦੇ ਨੇ ਘੋੜ ਸਵਾਰੀ ਦੇ, ਦੋ ਘੋੜਿਆਂ ਦੀ ਸਵਾਰੀ, ਚਾਰ ਚਾਰ ਪੰਜ ਪੰਜ ਛੇ ਛੇ ਘੋੜਿਆਂ ਦੇ ਸਿੰਘ ਖੜ੍ਹੇ ਹੋ ਕੇ ਲੰਮੇ ਪੈ ਕੇ ਨੇਜਾਬਾਜ਼ੀ ਵੀ ਕਰਦੇ ਨੇ ਅਤੇ ਗੱਤਕੇ ਦੇ ਜ਼ੋਰ ਦਿਖਾਉਂਦੇ ਨੇ ਸਿੰਘ ਉੱਥੇ। ਆਪਣੇ ਜਿਹੜਾ ਪ੍ਰਸ਼ਾਸਨ ਨੂੰ ਅਤੇ ਪੰਜਾਬ ਸਰਕਾਰ ਨੂੰ ਚਾਹੀਦਾ ਜਿਹੜਾ ਉਹਦਾ ਬਹੁਤ ਵਧੀਆ ਪ੍ਰਬੰਧ ਕਰੇ ਸਟੇਡੀਅਮ ਦਾ, ਵਧੀਆ ਉਸਾਰੀ ਕਰਕੇ ਅਤੇ ਆਉਣ ਵਾਲੇ, ਚਲੋ ਐਤਕੀ ਨਹੀਂ ਹੋਇਆ, ਜਿਹੜੀ ਕਮੀ ਆ ਉਹ ਅਗਲੇ ਸਾਲ ਉਹਨੂੰ ਪੂਰਾ ਕੀਤਾ ਜਾਵੇ। ਹੋਲੇ ਮੁਹੱਲੇ ਦੇ ਕੌਮੀ ਤਿਉਹਾਰ ਦੀ ਆਲ ਵਰਲਡ ਦੀਆਂ ਸਿੱਖ ਸੰਗਤਾਂ ਨੂੰ ਬਹੁਤ ਬਹੁਤ ਵਧਾਈ। ਤਖ਼ਤ ਸ੍ਰੀ ਕੇਸਗੜ੍ਹ ਆਨੰਦਪੁਰ ਸਾਹਿਬ ਦੀ ਐਸੀ ਮਹਾਨ ਪਵਿੱਤਰ ਧਰਤੀ ਹੈ ਜਿੱਥੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ 1699 ਦੇ ਵਿੱਚ ਦੱਬੀ ਕੁਚਲੀ ਕੌਮ ਨੂੰ ਜੀਵਨ ਦਾ ਅਧਿਕਾਰ ਦੇਣ ਵਾਸਤੇ ਪੰਜਾਂ ਪਿਆਰਿਆਂ ਦੀ ਚੋਣ ਕੀਤੀ। ਗੁਰੂ ਦਾ ਅਤੇ ਸਿੱਖ ਦਾ ਅਤੁੱਟ ਰਿਸ਼ਤਾ ਜਿਹੜਾ ਇੱਥੇ ਕਾਇਮ ਕੀਤਾ ਸਤਿਗੁਰੂ ਜੀ ਨੇ। ਉਹ ਐਕਟੀਵੇਟਡ ਹੈ, ਇਨਰ ਨਾਕੇ ਹੈ, 20 ਦੇ ਕਰੀਬ ਪਾਰਕਿੰਗਸ ਹੈ, ਵਾਚ ਟਾਵਰਸ ਅਤੇ ਸਬ ਕੰਟਰੋਲ ਰੂਮਸ 11 ਇਸਟੈਬਲਿਸ਼ ਕੀਤੇ ਗਏ ਹਨ। ਸਰ ਟ੍ਰੈਫਿਕ ਜਿਹੜਾ ਹੈਗਾ ਕਿਸ ਤਰ੍ਹਾਂ ਸੈਟਅਪ ਕੀਤਾ ਹੈਗਾ? ਬਾਹਰ ਟ੍ਰੈਫਿਕ ਹੈ ਕਿ ਦੋ ਦੋ ਘੰਟੇ ਬਾਅਦ ਰੋਪੜ ਤੋਂ ਆਉਣ ਵਾਲਾ ਟ੍ਰੈਫਿਕ ਖੋਲ੍ਹਿਆ ਜਾ ਰਿਹਾ, ਉਸ ਤੋਂ ਬਾਅਦ ਨੰਗਲ ਵਾਲਾ ਖੋਲ੍ਹਿਆ, ਆਲਟਰਨੇਟਿਵਲੀ ਦੋ ਦੋ ਘੰਟੇ ਬਾਅਦ ਖੋਲ੍ਹਿਆ ਜਾ ਰਿਹਾ, ਰਾਤ ਨੂੰ ਬਿਲਕੁਲ ਓਪਨ ਹੈ। ਉਧਰ ਸੰਗਰੂਰ ਵਿੱਚ 14 ਦਿਨਾਂ ਤੋਂ ਕਿਸਾਨ ਧਰਨੇ 'ਤੇ ਬੈਠੇ ਨੇ ਅਤੇ ਆਪਣੀਆਂ ਮੰਗਾਂ ਮਨਵਾਉਣੀਆਂ ਚਾਹ ਰਹੇ ਨੇ, ਪਰ ਕਿਸੇ ਨੇ ਕੋਈ ਸੁਧ ਨਹੀਂ ਲਈ। ਪ੍ਰਸ਼ਾਸਨ 'ਤੇ ਇਲਜ਼ਾਮ ਨੇ ਕਿ ਉਹ ਵੀ ਕਿਸਾਨਾਂ ਦੀ ਸਾਰ ਨਹੀਂ ਲੈ ਰਿਹਾ, ਪਰ ਕਿਸਾਨ ਇਸ ਅੰਦੋਲਨ ਨੂੰ ਆਰ ਪਾਰ ਦੇ ਮੂਡ ਵਿੱਚ ਲੱਗਦੇ ਨੇ। ਸਰਕਾਰ ਹਜੇ ਤਾਂ ਕੁਛ ਨਹੀਂ ਕਰੀ, ਗੰਨਾ ਕਮੇਟੀ ਨੂੰ ਬੁਲਾਉਂਦੀ ਹੈ, ਹੁਣ ਫਿਰ ਬੁਲਾਏ ਨੇ SDM ਸਾਹਿਬ ਨੇ, ਕੀ ਕਰਦੀ ਹੈ ਜਾਂ ਕੀ ਨਹੀਂ। ਜਥੇਬੰਦੀ ਇਹਨਾਂ ਨਾਲ ਖੜ੍ਹੀ ਹੈ ਜਿੰਨਾ ਚਿਰ ਇਹਨਾਂ ਨੂੰ ਪੈਸਾ ਨਹੀਂ ਮਿਲਦਾ, ਇੱਕ ਇੱਕ ਪੈਸਾ। ਜਥੇਬੰਦੀ ਮਗਰ ਨਹੀਂ ਹਟੂਗੀ, ਨਾ ਕਦੇ ਪਹਿਲਾਂ ਹਟੀ ਹੈ ਅਤੇ ਨਾ ਹੁਣ ਹਟੂਗੀ। ਹੁਣ ਤਾਂ 80 ਕਰੋੜ ਤੋਂ ਉੱਪਰ ਹੀ ਲੰਘ ਸਕਿਆ, ਹੁਣ ਤਾਂ ਅਰਬ ਦੇ ਨੇੜੇ ਪਹੁੰਚਣ ਵਾਲੀ ਹੈ ਜੀ। ਪੇਮੈਂਟ ਆ ਰਹੀ ਹੈ, ਕੋਈ ਪਾ ਰਹੇ ਮਿਲ ਵਾਲੇ? ਪੇਮੈਂਟ ਇੱਕ ਖੇਡ ਜੀ ਹੋਏ ਜੇ, 5-10 ਲੱਖ ਪਾਤਾ, 20 ਲੱਖ ਪਾਤਾ, ਉਹਦੇ ਨਾਲ ਤਾਂ ਕੋਈ ਹੱਲ ਹੋਣਾ ਨਹੀਂ ਹੈਗਾ। ਵੀ ਗੰਨਾ ਕਿੰਨਾ ਲੈ ਰਹੇ ਹਾਂ ਰੋਜ਼? ਗੰਨਾ ਤਾਂ 85 ਲੱਖ ਤੋਂ ਲੈ ਕੇ 90 ਲੱਖ ਤੱਕ ਦਾ ਗੰਨਾ ਲੈ ਰਹੇ ਨੇ, ਦੇ ਰਹੇ ਨੇ 10-20 ਲੱਖ ਜਾਂ 5 ਲੱਖ। ਇਹਦੇ ਨਾਲ ਕੋਈ ਹੱਲ ਨਹੀਂ ਹੋਣੇ। ਅਸੀਂ ਅੱਜ ਵੀ ਪ੍ਰਸ਼ਾਸਨ ਨੇ ਹੁਣ ਬੁਲਾਇਆ ਸਾਨੂੰ, ਪਰ ਅਸੀਂ ਉਨਾ ਚਿਰ ਇੱਥੋਂ ਉੱਠਣਾ ਨਹੀਂ ਜਿੰਨਾ ਚਿਰ ਸਾਡੇ ਜ਼ਿਮੀਂਦਾਰਾਂ ਦੀ ਪੇਮੈਂਟ ਪੱਕੇ ਸਬੂਤਾਂ ਦੇ ਨਾਲ, ਉਸ ਤੋਂ ਵੱਧ ਜਿਹੜੀ ਪੇਮੈਂਟ ਪਹਿਲਾਂ 1.5 ਕਰੋੜ ਕਹੀ ਹੈ, ਹੁਣ ਤਾਂ ਉਦੋਂ ਉੱਪਰ ਟੱਪਣਾ ਪਊਗਾ, ਤਾਂ ਸਾਡਾ ਹੱਲ ਹੋਣਾ, ਨਹੀਂ ਇਸ ਤੋਂ ਬਾਅਦ ਸਾਡਾ ਕੋਈ ਹੱਲ ਨਹੀਂ ਹੋਣਾ। ਦਿੱਕਤ ਤਾਂ ਜੀ ਬਸ ਮੰਨ ਲਓ ਪੈਸੇ ਵਾਲੀ ਹੋਈ ਹੈ, ਹੈ ਨਾ, ਦੁਖੀ ਜਨਤਾ ਵੀ ਆ, ਪਰ ਜੀ ਕਿਸਾਨ ਦਾ ਨਹੀਂ ਕਰਦਾ ਸੜਕ 'ਤੇ ਬੈਠਣ ਨੂੰ। ਕਿਸਾਨ ਨਾਲ ਇਹ ਅਜੇ ਵੀ ਮਜ਼ਾਕ ਹੀ ਕਰਦੇ ਲੱਗਦੇ ਨੇ, ਮੈਨੂੰ ਤਾਂ ਬੁਲਾਇਆ ਤਾਂ ਪ੍ਰਸ਼ਾਸਨ ਨੇ ਅੱਜ ਵੀ ਆ, ਕੋਈ ਮੈਨੂੰ ਤਾਂ ਅੱਜ ਵੀ ਨਹੀਂ ਲੱਗਦਾ ਵੀ ਕੋਈ ਠੋਸ ਕੁਛ। ਉਧਰ ਅੰਮ੍ਰਿਤਸਰ ਸਾਹਿਬ ਵਿਖੇ ਸ਼੍ਰੀ ਦੁਰਗਿਆਨਾ ਮੰਦਿਰ ਵਿੱਚ ਵੀ ਹੋਲੀ ਦਾ ਤਿਉਹਾਰ ਮਨਾਇਆ ਗਿਆ। ਵੱਖ ਵੱਖ ਥਾਵਾਂ 'ਤੇ ਲੋਕ ਹੋਲੀ ਦਾ ਤਿਉਹਾਰ ਮਨਾਉਣ ਲਈ ਦੁਰਗਿਆਨਾ ਮੰਦਿਰ ਪਹੁੰਚੇ ਹੋਏ ਸਨ। ਸਰ ਹੋਲੀ ਇੱਕ ਇਹੋ ਜਿਹਾ ਤਿਉਹਾਰ ਹੈ ਕਿ ਜਿਹੜਾ ਸਾਰੇ ਲੋਕਾਂ ਨੂੰ ਇਕੱਠਾ ਕਰਦਾ ਅਤੇ ਇੱਕ ਨਫ਼ਰਤ ਭਰੇ ਲੋਕ ਜਿਹੜੇ ਹੁੰਦੇ ਕਿ ਨਫ਼ਰਤ ਕਰਦੇ ਹੈ ਇੱਕ ਦੂਸਰੇ ਨਾਲ, ਉਹਨਾਂ ਨੂੰ ਨਫ਼ਰਤ ਤੋਂ ਦੂਰ ਕਰਦਾ। ਬਸ ਜੀ, ਹੋਲੀ ਦਾ ਤਿਉਹਾਰ ਹੈ, ਅਸੀਂ ਸਾਰੇ ਆਪਣੀ ਫੈਮਿਲੀ ਨਾਲ ਇੰਜੋਏ ਕਰ ਰਹੇ ਹਾਂ, ਬਹੁਤ ਮਜ਼ਾ ਆ ਰਿਹਾ, ਸ਼ੀਤਲਾ ਮੰਦਿਰ ਆਏ ਹਾਂ, ਆਪਣਾ ਮਜ਼ੇ ਕਰ ਰਹੇ ਹਾਂ, ਹੋਲੀ ਦਾ ਤਿਉਹਾਰ ਮਨਾ ਰਹੇ ਹਾਂ ਆਪਣੇ ਫਰੈਂਡ ਦੇ ਨਾਲ, ਆਪਣੀ ਸਾਰੀ ਫੈਮਿਲੀ ਦੇ ਨਾਲ,
ਹੋਲੀ ਦਾ ਤਿਉਹਾਰ ਮਨਾ ਰਹੇ ਹਾਂ, ਬਹੁਤ ਜ਼ਿਆਦਾ ਮਜ਼ਾ ਆ ਰਿਹਾ। ਹਾਂਜੀ ਹਾਂਜੀ, ਬਹੁਤ ਜੀ ਹੋਲੀ ਦਾ ਇਹੋ ਜਿਹਾ ਤਿਉਹਾਰ ਹੈ, ਅਸੀਂ ਸਾਰਿਆਂ ਨਾਲ ਮਿਲ ਜੁਲ ਕੇ ਖੇਡਦੇ ਹਾਂ, ਉਹ ਸਾਰੀਆਂ ਨਫ਼ਰਤਾਂ ਨੂੰ ਇੱਕ ਦੂਜੇ ਤੋਂ ਦੂਰ ਕਰ ਦਿੰਦੇ ਹਾਂ ਅਤੇ ਆਪਸ 'ਚ ਪਿਆਰ ਵਾਲਾ ਤਿਉਹਾਰ ਹੈ ਸਾਡਾ ਸਾਰਿਆਂ ਦਾ। ਅਤੇ ਜਾਂਦੇ ਜਾਂਦੇ ਇੱਕ ਵਾਰੀ ਫਿਰ ਇੱਕ ਨਜ਼ਰ ਇਸ ਵੇਲੇ ਤੱਕ ਦੀਆਂ ਚੋਣਵੀਆਂ ਅਤੇ ਖਾਸ ਖਾਸ ਸੁਰਖੀਆਂ 'ਤੇ। ਪਾਕਿਸਤਾਨ ਤੋਂ ਇੱਕ ਵਾਰੀ ਫਿਰ ਆਈ ਖੁਸ਼ਖਬਰੀ, ਇਮਰਾਨ ਖਾਨ ਨੇ ਨਵਜੋਤ ਸਿੰਘ ਸਿੱਧੂ ਦੀ ਚਿੱਠੀ 'ਤੇ ਕੀਤੀ ਵੱਡੀ ਕਾਰਵਾਈ। ਇਮਰਾਨ ਖਾਨ ਦੇ ਸੂਚਨਾ ਮੰਤਰੀ ਦਾ ਭਰੋਸਾ, ਪਾਕਿਸਤਾਨ ਨਹੀਂ ਕਰੇਗਾ ਕਰਤਾਰਪੁਰ ਸਾਹਿਬ ਵਿਖੇ ਬਾਬਾ ਨਾਨਕ ਦੇਵ ਜੀ ਦੀ ਖੇਤੀਯੋਗ ਜ਼ਮੀਨ ਨਾਲ ਕਿਸੇ ਤਰ੍ਹਾਂ ਦੀ ਛੇੜਛਾੜ। ਸਿੱਧੂ ਨੇ ਚਿੱਠੀ ਲਿਖ ਕੇ ਕੀਤੀ ਸੀ ਮੰਗ। ਸੁਖਪਾਲ ਸਿੰਘ ਖਹਿਰਾ ਨੇ ਫਰੀਦਕੋਟ ਵਿਖੇ ਕੀਤੀ ਵੱਡੀ ਰੈਲੀ। ਮਾਸਟਰ ਬਲਦੇਵ ਦੇ ਚੋਣ ਦਫ਼ਤਰ ਦਾ ਕੀਤਾ ਗਿਆ ਉਦਘਾਟਨ। ਸੁਖਪਾਲ ਖਹਿਰਾ ਦਾ ਦਾਅਵਾ, ਫਰੀਦਕੋਟ ਵਿੱਚ ਹਰ ਹਾਲਤ ਵਿੱਚ ਜਿੱਤੇਗਾ ਗਠਬੰਧਨ ਦਾ ਉਮੀਦਵਾਰ ਮਾਸਟਰ ਬਲਦੇਵ ਰਾਜ। ਚੋਣਾਂ ਦੇ ਮਾਹੌਲ ਵਿੱਚ ਪੰਜਾਬ ਵਿੱਚ ਸਿਆਸੀ ਮਾਹੌਲ ਹੋਇਆ ਤੇਜ਼। ਸਿਆਸੀ ਲੀਡਰ ਇੱਕ ਦੂਸਰੇ 'ਤੇ ਕਰ ਰਹੇ ਨੇ ਤਿੱਖੀਆਂ ਰਾਜਨੀਤਿਕ ਟਿੱਪਣੀਆਂ। ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਘੇਰਿਆ ਸਕਾਲਰਸ਼ਿਪ ਦੇ ਮਸਲੇ 'ਤੇ। ਆਪ ਅਤੇ ਅਕਾਲੀ ਦਲ ਵੱਲੋਂ ਕਾਂਗਰਸ ਨੂੰ ਵੱਡੇ ਵੱਡੇ ਸਵਾਲ, ਕਿਹਾ ਸਕਾਲਰਸ਼ਿਪ ਵਿੱਚ ਕਾਂਗਰਸ ਨੇ ਕੀਤਾ ਘੁਟਾਲਾ, ਹੋਵੇ ਜਾਂਚ। ਅਕਾਲੀ ਆਗੂ ਮਨਤਾਰ ਬਰਾੜ ਨੂੰ ਫਰੀਦਕੋਟ ਦੀ ਅਦਾਲਤ ਵੱਲੋਂ ਵੱਡਾ ਝਟਕਾ, ਅਗਾਊ ਜ਼ਮਾਨਤ ਦੇਣ ਤੋਂ ਕੀਤਾ ਇਨਕਾਰ। ਸਿੱਟ ਕਰ ਰਹੀ ਹੈ ਮਨਤਾਰ ਬਰਾੜ ਦੀ ਗ੍ਰਿਫਤਾਰੀ ਦੀ ਤਿਆਰੀ, ਅਦਾਲਤ ਵਿੱਚ ਕੀਤਾ ਸੀ ਬਿਆਨ। ਹਿਰਾਸਤ ਵਿੱਚ ਮਨਤਾਰ ਬਰਾੜ ਦੀ ਪੁੱਛਗਿੱਛ ਜ਼ਰੂਰੀ। ਮਨਤਾਰ ਬਰਾੜ ਦੇ ਵਕੀਲਾਂ ਨੇ ਕਿਹਾ ਮਨਤਾਰ ਦਾ ਨਹੀਂ ਹੈ ਕੋਈ ਕਸੂਰ। ਬਰਨਾਲਾ ਵਿੱਚ ਸੁਖਬੀਰ ਸਿੰਘ ਬਾਦਲ ਨੇ ਕੈਪਟਨ ਅਮਰਿੰਦਰ 'ਤੇ ਲਾ ਦਿੱਤੇ ਵੱਡੇ ਇਲਜ਼ਾਮ, ਕਿਹਾ ਕੈਪਟਨ ਅਮਰਿੰਦਰ ਨੇ ਪੰਜਾਬ ਦੇ ਲੋਕਾਂ ਨੂੰ ਸਿਰਫ ਝੂਠ ਬੋਲ ਕੇ ਹਾਸਲ ਕੀਤੀ ਹੈ ਸੱਤਾ। ਚੋਣਾਂ ਵਿੱਚ ਲੋਕ ਦੇਣਗੇ ਜਵਾਬ, ਮੋਦੀ ਦੇ ਹੱਕ ਵਿੱਚ ਮੰਗੀਆਂ ਵੋਟਾਂ। ਪੰਜਾਬ ਇਸ ਵੇਲੇ ਵਿੱਚ ਫਿਲਹਾਲ ਇੰਨਾ ਹੀ। ਨਵੀਆਂ ਅਤੇ ਤਾਜ਼ੀਆਂ ਸਰਗਰਮੀਆਂ ਦੇ ਨਾਲ ਫਿਰ ਮੁਲਾਕਾਤ ਹੋਏਗੀ। ਸੁਰਿੰਦਰ ਡੱਲਾ ਨੇ ਦਿਓ ਇਜਾਜ਼ਤ, ਧੰਨਵਾਦ।